ਤੁਹਾਡਾ ਕੀ ਨਾਮ ਸੀ? ਮੇਰਾ ਨਾਮ ਜੀ ਚਰਨ ਸਿੰਘ ਹੈ ਜੀ। ਸੱਕੀ ਤੁਸੀਂ ਅੱਜ ਕੀ ਖੋਲ੍ਹਿਆ ਇੱਥੇ ਅਕੈਡਮੀ? ਇੱਥੇ ਜੀ ਆਪਾਂ ਇੱਕ ਡਰੀਮ ਅਕੈਡਮੀ ਦੇ ਨਾਮ ਤੋਂ ਸੈਂਟਰ ਖੋਲ੍ਹਿਆ ਹੈਗਾ ਜੀ, ਜਿਹਦੇ ਵਿੱਚ ਆਪਾਂ ਬੱਚਿਆਂ ਨੂੰ ਆਇਲਸ ਕਰਵਾ ਰਹੇ ਹਾਂ, PTE ਕਰਵਾ ਰਹੇ ਹਾਂ, ਸਪੋਕਨ ਕਲਾਸਿਸ ਹੈਗੀ ਆ, ਅਤੇ ਇੱਥੇ ਆਪਣੇ ਪਹਿਲਾਂ ਕੰਪਿਊਟਰ ਕਲਾਸਿਸ ਚੱਲ ਰਹੀਆਂ ਸੀਗੀਆਂ। ਠੀਕ ਹੈ ਜੀ। ਆਪਣਾ ਇੱਕ ਸੈਂਟਰ ਸੀਗਾ ਰਤੀਆ 'ਚ, ਜਿਹਦੇ ਵਿੱਚ ਮਤਲਬ ਕਾਫੀ ਬੱਚੇ ਆ ਰਹੇ ਸੀਗੇ। ਉੱਥੇ ਬਹੁਤ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਅਸੀਂ ਸੋਚਿਆ ਕਿ ਸਰਦੂਲਗੜ੍ਹ ਦੇ ਵਿੱਚ ਵੀ ਇੱਕ ਬ੍ਰਾਂਚ ਖੋਲ੍ਹੀ ਜਾਵੇ। ਸਾਡੀ ਇੱਕ ਬ੍ਰਾਂਚ ਚਨੀਰ ਚੱਲ ਰਹੀ ਹੈ ਡਰੀਮ ਅਕੈਡਮੀ ਦੇ ਨਾਮ ਤੋਂ, ਅਤੇ ਇੱਕ ਬ੍ਰਾਂਚ ਸਾਡੀ ਰੋੜੀ ਚੱਲ ਰਹੀ ਹੈ ਜੀ ਇਸੇ ਨਾਮ ਤੋਂ। ਮਤਲਬ ਸਾਡੀਆਂ ਤਿੰਨ ਬ੍ਰਾਂਚਾਂ ਇੱਥੇ ਚੱਲ ਰਹੀਆਂ ਨੇ, ਅਤੇ ਗ੍ਰਾਮੀਣ ਸ਼ਿਕਸ਼ਾ ਦੇ ਨਾਮ ਤੋਂ ਸਾਡੀ ਬ੍ਰਾਂਚ ਜਿਹੜੀ ਹੈਗੀ ਆ, ਹੈੱਡ ਆਫਿਸ ਜਿਹੜਾ ਹੈਗਾ ਉਹ ਰਤੀਆ 'ਚ ਚੱਲ ਰਿਹਾ ਹੈਗਾ। ਅਤੇ ਉੱਥੇ ਸਫਲਤਾ ਪ੍ਰਾਪਤ ਕਰਨ ਤੋਂ ਬਾਅਦ ਅੱਜ ਅਸੀਂ ਇੱਥੇ ਪਹੁੰਚਿਆ ਕਿ ਵੀ ਇੱਥੇ ਦੇ ਬੱਚਿਆਂ ਨੂੰ ਵੀ ਅਸੀਂ ਕੁਛ ਵੱਧ ਸ਼ਿਕਸ਼ਾ ਦੇ ਸਕੀਏ, ਅਤੇ ਘੱਟ ਰੇਟਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਇੱਥੇ ਆਇਲਸ ਕਰਵਾ ਰਹੇ ਹਾਂ। ਅਤੇ ਮੇਨ ਗੱਲ ਇਹ ਹੈਗੀ ਆ ਕਿ ਅਸੀਂ ਆਇਲਸ ਵਾਲੇ ਬੱਚਿਆਂ ਨੂੰ ਇੱਥੇ ਲਾਇਬ੍ਰੇਰੀ ਫ੍ਰੀ ਦਿੱਤੀ ਹੈ ਜੀ, ਤਾਂ ਕਿ ਜਿਹੜਾ ਟਾਈਮ ਮਤਲਬ ਬੱਚੇ ਜੇ ਆਇਲਸ ਕਰਕੇ ਘਰੇ ਜਾਣਗੇ, ਉਹ ਅਸੀਂ ਇਹ ਸੋਚਿਆ ਕਿ ਵੀ ਜਿਵੇਂ ਕਲਾਸ ਖਤਮ ਹੁੰਦੀ ਆ, ਉਸ ਤੋਂ ਬਾਅਦ ਜਿਹੜੇ 2-3 ਘੰਟੇ ਬੱਚਿਆਂ ਦੇ ਰਹਿਣਗੇ ਉਹ ਇੱਥੇ ਬਹਿ ਕੇ ਕੰਫਰਟੇਬਲ, ਨਾ ਇੱਥੇ ਕੋਈ ਸ਼ੋਰ ਹੈਗਾ, ਵਧੀਆ ਉਹਨਾਂ ਵਾਸਤੇ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ ਹੈ। ਅਤੇ ਬਾਕੀ ਵੀ ਬੱਚਿਆਂ ਵਾਸਤੇ ਜਿਹੜਾ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ, ਉਹਨਾਂ ਵਾਸਤੇ ਵੀ ਅਸੀਂ ਸਪੈਸ਼ਲ ਲਾਇਬ੍ਰੇਰੀ ਦਾ ਪ੍ਰਬੰਧ ਕੀਤਾ। ਆਇਲਸ ਵਾਲੇ ਬੱਚਿਆਂ ਵਾਸਤੇ ਲਾਇਬ੍ਰੇਰੀ ਫ੍ਰੀ ਹੈ, ਅਤੇ ਦੂਜਿਆਂ ਵਾਸਤੇ ਇੱਕ ਛੋਟੀ ਜਿਹੀ ਅਸੀਂ ਫੀਸ ਰੱਖੀ ਹੈਗੀ ਆ, ਜਿਹਦੇ ਵਿੱਚ ਬੱਚਾ ਡੇ ਨਾਈਟ ਇੱਥੇ ਰਹਿ ਕੇ, ਇਹ ਨਹੀਂ ਕਿ ਸਿਰਫ ਡੇ 'ਚ ਬੱਚਾ ਬਹਿ ਸਕਦਾ, ਉਹ ਨਾਈਟ ਵੀ ਇੱਥੇ ਰਹਿ ਕੇ ਆਪਦੀ ਕੰਫਰਟੇਬਲ ਸਟੱਡੀ ਕੰਪਲੀਟ ਕਰ ਸਕਦਾ, ਅਤੇ ਇੱਥੇ ਆਰਾਮ ਨਾਲ ਬਹਿ ਕੇ ਬਿਨਾਂ ਸ਼ੋਰ ਸ਼ਰਾਬੇ ਤੋਂ ਇੱਥੇ ਬਹਿ ਸਕਦਾ। ਠੀਕ ਸਰ ਫਰੋਮ ਉਹ, ਅੱਜ ਆਪਾਂ ਡਰੀਮ ਅਕੈਡਮੀ ਦੀ ਓਪਨਿੰਗ ਕੀਤੀ ਹੈ ਸੀ, ਅਤੇ ਆਪਣੀ ਜਿਹੜੀ ਹੈਗੀ ਤੀਜੀ ਬ੍ਰਾਂਚ ਓਪਨ ਹੋਈ ਹੈ, ਅਤੇ ਇਸਦੀ ਆਪਣੀ ਜਿਹੜੀ 2 ਬ੍ਰਾਂਚ ਹੈਗੀ ਚੁਨੀਰ ਔਰ ਰੋੜੀ, ਤੋਂ ਪਹਿਲਾਂ ਆਪਣੀ ਅਕੈਡਮੀ ਮਤਲਬ ਡਰੀਮ ਜਿਹੜੀ ਸੀਗੀ ਓਨਲੀ ਕੰਪਿਊਟਰ ਰਿਲੇਟਡ ਸੀਗੀ ਇੱਥੇ, ਅਤੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਆਈਲੈਟਸ ਲੈ ਕੇ ਹੁਣ ਆਏ ਆਪਾਂ। ਠੀਕ ਹੈ, ਇਹਦੇ ਵਿੱਚ ਜਿਹੜੇ ਆਪਣੇ ਉਦਘਾਟਨ ਹੈ ਸਰਦਾਰ ਦਲਵਾਰ ਸਿੰਘ ਭੁੰਦਰ ਜੀ ਨੇ ਕੀਤਾ, ਅਤੇ ਬੱਚਿਆਂ ਦਾ ਕਾਫੀ ਰਿਸਪੋਂਸ ਮਿਲਿਆ ਜੀ। ਕਿਹੜੇ ਕਿਹੜੇ ਕੋਰਸ ਕਰਵਾਏ ਜਾ ਰਹੇ ਨੇ ਤੁਹਾਡੀ ਅਕੈਡਮੀ ਵੱਲੋਂ ਜੀ? ਆਪਣੀ ਅਕੈਡਮੀ ਸਰ ਆਲ ਓਵਰ ਕੰਪਿਊਟਰ ਬੇਸਿਕ, ਟੈਲੀਕਾਮ, GST ਪੈਂਟ ਵਗੈਰਾ, ਔਰ ਇਸਕੇ ਅੰਦਰ ਅਭੀ ਆਈਲੈਟਸ ਕਰਨੀ ਹੋਤੀ ਹੈ PTE, ਔਰ ਜੋ ਆਈਲੈਟਸ ਵਾਲੇ ਬੱਚੇ ਹੈ ਉਨਕੇ ਲੀਏ ਲਾਇਬ੍ਰੇਰੀ ਖੜੀ ਕੀ ਹੈ ਜੀ। ਅਤੇ ਕੀ ਕੀ ਸਹੂਲਤ ਦੇ ਰਹੇ ਹੋ ਤੁਸੀਂ ਬੱਚਿਆਂ ਨੂੰ? ਬੱਚਿਆਂ ਨੂੰ ਸਰ ਆਲ ਓਵਰ ਟੋਟਲੀ ਸਹੂਲਤ ਦੇ ਰਹੇ ਹਾਂ ਵੀ ਉਹਨਾਂ ਦੇ ਲਈ ਆਉਣ ਜਾਣ ਦੀ ਸੁਵਿਧਾ ਟੋਟਲੀ, ਔਰ ਲਾਇਬ੍ਰੇਰੀ ਮੇਂ ਕਿਚਨ ਕੀ ਸੁਵਿਧਾ ਵੀ ਹੈ, ਜਿਨਕੋ ਚਾਏ ਪਾਣੀ ਕਾ ਮਤਲਬ ਦਿੱਕਤ ਨਹੀਂ ਆ ਰਹੀ ਹੈ। ਠੀਕ ਹੈ।